क्या पता इसके बच्चे हों, इसकी घर वाले परेशान हों, ठीक है, अगर हम घर से कहीं फरार हो जाएं तो हमारे घर वाले जैसे परेशान होते हैं, इसका अम्मी अबू भी परेशान हो रहा होगा। बिस्मिल्लाह पढ़ो, राम ना तुरना है, तो ही राम ना तुरना है, ठीक है, हो सकता है हाय 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 हाय, छड़नी नहीं छड़नी नहीं छड़नी नहीं छड़नी नहीं छड़नी नहीं, गुड 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 गुड, बस 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 फड़ ला इला गई, कहाँ गए कहाँ जमा हो गए, इधर लाया उथी उथी आ अपने ओ कहाँ ਬੂਟੀਆਂ ਤਿੰਨ ਚਾਰ ਕਰਾਂ, ਵੇਖੀ ਪਏਗਾ ਟੁਕੜੇ ਕਰਕੇ ਪਾ, ਸੈਟ 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 ਹੀ ਇਜ਼ ਸੈਟ, ਅੱਗੇ ਸੁੱਟਾ ਤੁਸੀਂ, ਮੈਂ ਨਾ ਫੜ ਕੇ ਖਵਾਈਏ, ਐਸਰਾ ਨੀ ਖਾਣਾ ਨਾ ਸੁੱਟ ਉਹਨੇ, ਬਾਬੇ ਜੀ ਨੂੰ ਫੜੀਏ ਤੈਨੂੰ ਫੇਰ ਖਵਾਈਏ, ਨੈਸਰਾ ਨੀ ਖਾਣਾ, ਡੌਨ ਬਣੇਗਾ ਜੌਨ, ਜੌਨ ਬਣੇਗਾ ਡੌਨ, ਪਹਿਲਾਂ ਬੋਟੀ ਫੜੋ, ਲੈ ਲਿਆ ਤੇਰੀ ਬੋਟੀ ਫੜਾ, ਬੋਟੀ ਬੋਟੀ ਬਹੁਤ ਮਹਿੰਗੀ ਆ, ਬਰਿਆਨੀ ਹੀ ਕੱਢ ਕੇ ਲਿਆਂਦੀ ਆ ਬੋਟੀ, ਬਰਿਆਨੀ ਵੀ ਦੱਸੀ ਵਾਲਾਂ ਨੂੰ ਕਿਥੋਂ ਆਈ ਆ, ਹੇ ਵਾ ਲੈ ਲੈ ਫੜ ਕੇ ਖਵਾਉਣੇ ਪਾਣੀ, ਜਾਨੀ ਕੱਲ ਦਾ ਭੁੱਖ ਹੈ ਵਿਚਾਰਾ, ਲੋ ਬਾਬਾ ਜੀ ਹੁਣ ਇਹਨੂੰ ਆਪਾਂ ਬੋਟੀ ਛੋਟੀ ਖਵਾਈਏ ਕਿਉਂਕਿ ਕੱਲ ਦਾ ਭੁੱਖਾ ਹੈ, ਠੀਕ ਹੈ, ਧੋਣ ਛੋਣੋ ਹੀ ਫੇਰ ਰਿਹਾ, ਮੁੱਛਾਂ ਨਾਲ ਲੱਗਦਾ ਭਾਈ ਸਾਹਿਬ, ਵੈਸੇ ਨਾ ਇਸਕੋ ਹਮ ਖਿਲਾ ਰਹੇ ਨਾ ਬੋਟੀ ਛੋਟੀ, ਤੋ ਇਸਕੀ ਚੂੰਝ ਜੋ ਹੈ ਨਾ ਵੋ ਬਹੁਤ ਹੀ ਜ਼ਿਆਦਾ ਤੇਜ਼ ਹੈ, ਠੀਕ ਹੈ, ਤੋਤੇ ਵਾਲੀ ਚੂੰਝ ਹੈ, ਤੋ ਵੋ ਮੂੰਹ ਡਾਲ ਲੇਤਾ ਫਿਰ ਵੋ ਛੋੜਤਾ ਨਹੀਂ, ਇਸਕੀ ਹਮ ਫੱਟੀ ਕੀ ਮਦਦ ਸੇ ਨਾ ਇਸਕੋ ਖਿਲਾ ਰਹੇ ਹੈ, ਔਰ ਇਸਕੀ ਪੁੱਫੀ ਕੇ ਔਰ ਚਾਚੇ ਕੇ ਬੇਟੇ ਆ ਰਹੇ ਹੈ, ਇਸਕੋ ਨਾ ਬਚਾਨੇ ਕੇ ਲਈ ਇੱਧਰ ਕਾਂ ਸ਼ਾਂ ਇੱਧਰ ਆ ਰਹੇ ਹੈ, ਠੀਕ ਹੈ, ਸਪੀਰ ਸਾਹਿਬ ਚਲੋ ਮੂੰਹ ਖੋਲੋ ਇਹਦਾ, ਪਾ ਮੂੰਹ 'ਚ, ਚਲੋ ਜੀ ਭਾਈ ਸਾਹਿਬ, ਇਤਨੀ ਬੜੀ ਬੋਟੀ ਥੀ ਜੋ ਕਿ ਹਮਨੇ ਇਸਕੋ ਥੋੜ੍ਹੀ ਥੋੜ੍ਹੀ ਕਰਕੇ ਨਾ ਖਿਲਾ ਦੀ ਹੈ, ਅਭੀ ਇਸਕੇ ਇਸਕੋ ਪਾਣੀ ਪਿਲਾਨੇ ਕਾ ਇੰਤਜ਼ਾਮ ਹਮ ਕਰਨੇ ਵਾਲੇ ਹੈਂ, ਸਰਿੰਜ ਕੇ ਸਾਥ ਇਸਕੋ ਪਾਣੀ ਪਿਲਾਏਂਗੇ, ਔਰ ਅਭੀ ਸਰਿੰਜ ਵੀ ਕਹੀਂ ਸੇ ਢੂੰਢਦੇ ਹੈਂ, ਯੇ ਜੋ ਬੋਟੀਆਂ ਦੋ ਰਹਿ ਗਈਆਂ ਨੇ, ਯੇ ਵਾਲੀ ਇਸਕੋ ਖਿਲਾ ਲੇ, ਫਿਰ ਸਰਿੰਜ ਕੇ ਸਾਥ ਪਾਣੀ ਪਿਲਾਤੇ ਹੈਂ, ਚਲੋ ਥੋੜ੍ਹਾ ਬਹੁਤ ਵਿਚਾਰੇ ਕੋ ਆਸਰਾ ਹੋ ਜਾਏਗਾ, ਭਾਜੀ ਬੜੀ ਪੱਕੀ ਚੁੰਝ ਹੈ, ਛੋਟੀ ਨੂੰ ਪਾਲੇ ਫੱਟੀ ਨੂੰ ਪਾਲੇ, ਫੱਟੀ ਨੂੰ ਵੇਖੋ ਫੱਟੀ ਨੂੰ ਨਹੀਂ ਛੱਡਦਾ ਐਡੀ ਛੇਤੀ, ਠੀਕ ਹੈ, ਤੇ ਬਹੁਤ ਮੁਸ਼ਕਿਲ ਕੰਮ ਹੈ, ਇਹਨੇ ਕਿਸੇ ਹੋਰ ਸ਼ਹਿਰ ਨੂੰ ਚੁੰਝ ਪਾਲੀ ਨਾ ਸਾਡੀ ਨੂੰ, ਬਸ ਬੋਟੀ ਖਿਲਾਤੀ ਸ਼ੁਰੂ ਮੇ ਦੇਖਾ ਕਿ ਯੇ ਪਰ ਸ਼ਰ ਮਾਰ ਰਹਾ ਥਾ, ਤੋ ਹੋ ਸਕਤਾ ਕਿ ਪੈਰੂ ਮੇ ਵੀ ਜਾਨ ਆ ਜਾਏ ਔਰ ਬੇਚਾਰਾ ਆਪਣੇ ਘਰ ਚਲਾ ਜਾਏ, ਲੇਕਿਨ ਪਤਾ ਨਹੀਂ ਇਸਕਾ ਘਰ ਵੀ ਕਿਧਰ ਹੈ, ਸਭ ਹਮ ਲੋਕ ਸਰਿੰਜ ਵੀ ਲੈ ਕੇ ਆ ਚੁੱਕੇ ਹੈਂ, ਠੀਕ ਹੈ, ਇਸਕੀ ਮਦਦ ਸੇ ਇਸਕੋ ਪਾਣੀ ਸ਼ਾਨੀ ਪਿਲਾਤੇ ਹੈ, ਠੀਕ ਹੈ, ਸ੍ਰੀ ਸਾਹਿਬ ਤੁਸੀਂ ਤਾਂ ਉਸਰੇ ਮੂੰਹ ਫੜੋ ਤੇ ਜ਼ਰਾ ਦੇ ਮੂੰਹ 'ਚ ਪ੍ਰੈਸ਼ਰ ਮਾਰੀਏ ਜ਼ਰਾ, ਹਮਨੇ ਭਾਈ ਸਾਹਿਬ ਅਭੀ ਖੁਦ ਨਾਸ਼ਤਾ ਨਹੀਂ ਕੀਆ, ਅਭੀ ਅਲਹਮਦੁਲਿਲਾ ਇਸਕੋ ਨਾਸ਼ਤਾ ਹਮਨੇ ਕਰਵਾ ਦਿਆ, ਠੀਕ ਹੈ, ਸੁਬਹਾ ਸੁਬਹਾ ਇਤਨੀ ਮੋਟੀ ਬੋਟੀ ਔਰ ਸਾਥ ਮੇਂ ਪਾਣੀ ਸ਼ਾਨੀ ਪਿਲਾ ਦੀ ਹੈ, ਹੋ ਸਕਤਾ ਹੈ ਇਸਕੇ ਸਾਥ ਇਸਕੋ ਕੁਛ ਬਿਹਤਰੀ ਹੋ, ਠੀਕ ਹੈ, ਤੋ ਅੱਲਾ ਕਰੇ ਕਿ ਇਹ ਤੰਦਰੁਸਤ ਹੋ ਜਾਏ ਔਰ ਆਪਣੇ ਘਰ ਚਲੀਏ, ਕਿਉਂਕਿ ਬੇਚਾਰੀ ਕਿਆ ਪਤਾ ਇਸਕੇ ਬੱਚੇ ਹੋ, ਇਸਕੀ ਘਰ ਵਾਲੇ ਪਰੇਸ਼ਾਨ ਹੋ, ਠੀਕ ਹੈ, ਅਗਰ ਹਮ ਘਰ ਸੇ ਕਹੀਂ ਫਰਾਰ ਹੋ ਜਾਏ ਤੋ ਹਮਾਰੇ ਘਰ ਵਾਲੇ ਜੈਸੇ ਪਰੇਸ਼ਾਨ ਹੋਤੇ ਹੈ, ਇਸਕਾ ਅੰਮੀ ਅਬੂ ਵੀ ਪਰੇਸ਼ਾਨ ਹੋ ਰਹਾ ਹੋਗਾ, ਇਸਕੇ ਬੇਟੇ ਔਰ ਬੇਟੀਆਂ ਵੀ ਪਰੇਸ਼ਾਨ ਹੋ ਰਹੀ ਹੋਗੀ, ਪਤਾ ਨਹੀਂ ਯੇ ਅੰਮਾ ਹੈ ਜਾਂ ਅੱਬਾ ਹੈ, ਠੀਕ ਹੈ, ਇਸ ਚੀਜ਼ ਕਾ ਮੇਲਮ ਨਹੀਂ ਹੈ, ਲੇਕਿਨ ਹੋ ਸਕਤਾ ਹੈ ਕਿ ਅੱਲਾ ਪਾਕ ਇਸਮੇ ਜਾਨ ਫੇਰ ਦੇ ਔਰ ਯੇ ਚਲਾ ਜਾਏ, ਕਿੱਥੇ ਖਾਲਾ ਜੀ, ਉਹ ਬੜੀ ਦੂਰ ਫਿਰਦੀ ਪਾ ਨਾ ਤੈਨੂੰ ਚੁੱਕ ਕੇ ਲਾਇਆ ਨਾ, ਉਹਨੇ ਕਹਿਣਾ ਸਭ ਤੋਂ ਨਿੱਕਾ ਜਾਣਾ ਚੁੱਕੋ ਇਹਨਾਂ ਚੋਂ, ਠੀਕ ਹੈ, ਸਹੀ ਗੱਲ ਹੀ, ਉਹ ਆ ਗਈ ਹੈ ਸਿਰ ਤੇ, ਉਹ ਭਾਗੀ ਦੀਆ ਉਹ ਵੇਲਾ ਲੱਗ ਗਿਆ ਕਿੰਨੀ ਫਰਾਰ ਹੋ ਜਾ ਤੂੰ, ਉਹ ਚੁੱਕ ਲੈਣੀ ਉਹਨੇ
ਸਰੀਰ ਨੂੰ ਚੁੱਕ ਕੰਨ ਤੇ ਬਾਲ ਗਿਆ ਚੁੱਕ 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 ਕਹਿੰਦੇ ਚੁੱਕ 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 ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਹੈ? ਉਮੀਦ ਹੈ ਕਿ ਆਪ ਸਭ ਖੈਰ ਖੈਰੀਅਤ ਸੇ ਹੋਂਗੇ। ਗੁੱਡ ਮਾਰਨਿੰਗ, ਸੁਬਹ ਬਖੈਰ ਦੋ ਬਾਬਾ ਜੀ। ਆਪਾਂ ਸੁਬਹਾ ਸੁਬਹਾ ਨਾ ਈਗਲ ਨੂੰ ਨਾਸ਼ਤਾ ਵਗੈਰਾ ਕਰਾ ਦਿੱਤਾ, ਠੀਕ ਹੈ, ਤੇ ਇਹਨੂੰ ਮੈਡੀਸਨ ਦੇਣ ਵਾਸਤੇ ਨਾ ਸਰਿੰਜ ਵਰਿੰਜ ਵੀ ਲੈ ਦਿੱਤੀ ਹੈ, ਪਾਣੀ ਛਾਣੀ ਪਿਆ ਹੈ ਮਾਸ਼ਾਅੱਲਾ, ਤੇ ਹੁਣ ਬਿਹਤਰ ਹੈ। ਹੁਣ ਆਪਾਂ ਕੱਲ ਇਹਨੂੰ ਥੋੜੀ ਜਿਹੀ ਟਰਾਈ ਦਿੱਤੀ, ਕਿਸ ਤਰ੍ਹਾਂ ਫੜ ਕੇ ਡੁਆਇਆ ਸੀ ਨਾ, ਤੇ ਥੋੜੀ ਬਹੁਤ ਉੱਡੀ ਸੀ, ਤੇ ਹੁਣ ਵੀ ਸਫੀਰ ਸਾਹਿਬ ਉਸ ਰੇ ਟਰਾਈ ਦਈਏ ਭਲਾ ਉੱਡਦੀ ਹੈ। ਫੜੋ ਨਾ ਜ਼ਰਾ, ਬਿਸਮਿਲਾ ਪੜੋ, ਜ਼ਰਾ ਬਿਸਮਿਲਾ ਪੜੋ, ਆਰਾਮ ਨਾਲ ਤੁਰਨਾ ਤੁਸੀਂ, ਆਰਾਮ ਨਾਲ ਤੁਰਨਾ, ਠੀਕ ਹੈ। ਹੋ ਸਕਦਾ ਕਿ ਹਾਏ 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 ਹਾਏ, ਛੱਡਣੀ ਨਹੀਂ ਛੱਡਣੀ ਨਹੀਂ ਛੱਡਣੀ ਨਹੀਂ ਛੱਡਣੀ ਨਹੀਂ ਛੱਡਣੀ ਨਹੀਂ। ਗੁੱਡ 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 ਗੁੱਡ, ਬਸ ਬਸ ਬਸ, ਫੜ ਲੈ ਫੜ ਲੈ, ਇਹ ਆ ਗਈ, ਕਾਂ ਆ ਗਏ, ਉਹ ਕਾਂ ਜਮਾ ਹੋ ਗਏ, ਇੱਧਰ ਲਾਇਆ, ਉੱਥੇ ਉੱਥੇ ਆ ਜੀ ਆਪਣੇ, ਉਹ ਕਾਂ ਓਏ ਓਏ ਓਏ, ਇੱਕ ਮਿੰਟ ਚ ਕਾਵਾਂ ਦੇ ਭੈਣ ਚੋ ਈਦ ਕਰ ਲਈ ਆਪਣੇ ਦੇ ਦਵਾਜੋ ਭਾਜੀ, ਪਰ ਸ਼ਰ ਉਹਨੇ ਖੋਲ ਦਿੱਤੇ ਨੇ, ਠੀਕ ਹੈ, ਤੇ ਹੁਣ ਬਸ ਕਾਂ ਸ਼ਾਂ ਘੱਟ ਹੁੰਦੇ ਨਾ, ਫਿਰ ਥੋੜੀ ਦੇਰ ਬਾਅਦ ਇਹਨੂੰ ਬਰੂਫਨ ਸ਼ਰਬਤ ਦੇ ਕੇ ਨਾ ਮੈਡੀਸਨ ਦੇ ਕੇ ਥੋੜੀ ਜਿਹੀ, ਤੇ ਫਿਰ ਟਰਾਈ ਕਰਾਂਗੇ। ਬਾਕੀ ਇੱਥੇ ਬਾਬਾ ਜੀ ਕਾਂ ਜਿਹੜੇ ਨਾ, ਉਹ ਮੈਂ ਨਾ ਕਿ ਬੇਤਾ ਛਈ ਆ ਗਏ, ਤੇ ਚੌੜ ਜਾ ਇਹਦੀ ਖਲ ਆ ਜਾਂਦੀ, ਆ ਇਹਦੀ ਖਲ ਆ ਜਾਂਦੀ। 2 ਮਿੰਟ ਉਹਨੂੰ ਵਰਜਿਸ਼ ਕੀ ਕਰਾਈ ਆ ਇੱਥੇ ਸਤੀਮ ਸਾਹਿਬ ਨੇ, ਉਹਨੇ ਆਉਂਦਿਆਂ ਸਾਰੀ ਇੱਥੇ ਬੈਠ ਦਾ ਫੁਹਾਰਾ ਮਾਰ ਕੇ ਭੈਣ ਦੇ ਸੀਰੀ ਜਿਸ ਜਗ੍ਹਾ ਤੇ ਮੈਂ ਸੋਨਾ ਉੱਥੇ ਬੈਠ ਕਰ ਛੇੜੀ ਆ। ਯਾਰ ਚੰਗਾ ਕੰਮ ਕੀਤਾ ਯਾਰ ਸਫੀਰ, ਤੂੰ ਭੈ ਗੰਦ ਪਵਾ ਲਿਆ ਮੇਰੀ ਮੰਜੀ ਤੇ ਯਾਰ, ਹੁਣ ਧੋਣੇ ਪੈ ਗਿਆ ਤੇਰਾ, ਪਾਣੀ ਮਾਰ, ਤੂੰ ਪਾਣੀ ਲੈ ਗਿਆ ਉੱਥੇ ਬੋਤਲ, ਆ ਬੋਤਲ ਚ ਪਾ, ਬੋਤਲ ਚ ਬਾਬਾ ਲਿਆ ਕੇ ਧੋਣੇ ਪੈਣਾ ਹੁਣ ਛੇਤੀ, ਉੱਥੇ ਟੂਟੀ ਤੋਂ ਪਾਣੀ ਲਿਆਉਣਾ ਤੇਰਾ, ਉਹ ਕੋਲੇ ਚ ਲਾਇਆ ਥੱਲੇ ਪਿਆ ਵੇ, ਛੇਤੀ ਲੈ ਗਿਆ ਤੂੰ ਹੀ, ਇਹਨੂੰ ਮੱਲਾਂ ਕਾਹਦੇ ਨਾਲ। ਬਾਬਾ ਜੀ ਟਾਈਮ ਜਿਹੜਾ ਨਾ ਹੋ ਗਿਆ ਤਕਰੀਬਨ 4:15 ਦਾ, ਠੀਕ ਹੈ, ਸ਼ਾਮ ਦਾ ਟਾਈਮ ਹੋ ਰਿਹਾ, ਤੇ ਆਪਾਂ ਆ ਗਏ ਪੱਠੇ ਲੈਣ ਛੇਤੀ ਨਾਲ। ਅੱਜ ਜਿਹੜਾ ਨਾ ਮੌਸਮ ਰਾਤੀ ਬਦਲ ਨਹੀਂ ਨਾ ਪਿਆ, ਉਹਦੀ ਵਜ੍ਹਾ ਤੋਂ ਪੈਲੀ ਛੈਲੀ ਜਿਹੜੀ ਨਾ ਇੱਥੇ ਉੱਠ ਰਹੀ ਹੈ, ਨਹੀਂ ਤਾਂ ਕੱਲ੍ਹ ਤੇ ਬਾਬਾ ਜੀ ਜੁੱਤੀ ਦਾ ਬੁਰਾ ਹੋਇਆ ਸੀ, ਤੇ ਹੁਣ ਛੇਤੀ ਨਾਲ ਪੱਠੇ ਵੱਢ ਕੇ ਤੇ ਲੈ ਚਲੀਏ, ਤੇ ਜਾ ਕੇ ਆਪਣੇ ਬਾਜ਼ ਨੂੰ ਕੋਈ ਸ਼ਰਬਤ ਸ਼ੁਰਬਤ ਜਾਂ ਜੀ ਆਪਾਂ ਪੱਠੇ ਲੈਣੇ ਵੱਢ, ਹੁਣ ਲੱਦੀਏ ਸਕੂਟਰ ਤੇ ਤਾਂ ਨਿਕਲੀਏ। ਇਹ ਬਾਈ ਸਾਹਿਬ ਹਮਾਰੇ ਈਗਲ ਨੇ ਨਾ ਮਾਸ਼ਾਅੱਲਾ ਜੋ ਹੈ ਨਾ, ਉਹ ਗਰਦਨ ਆਪਣੀ ਸੈੱਟ ਕੀ ਹੈ, ਠੀਕ ਹੈ, ਤੋ ਅਭੀ ਇਸਕੋ ਚੈੱਕ ਕਰਤੇ ਹੈ ਕਿ ਇਸਕੋ ਕਿਆ ਮਸਲਾ ਹੈ। ਜੈਸੇ ਕਿ ਸੁਬਹ ਕਾ ਆਪਕੋ ਪਤਾ ਕਿ ਹਮਨੇ ਇਸਕੋ ਬੋਟੀ ਛੋਟੀ ਵਗੈਰਾ ਡਾਲੀ ਸੀ ਨਾ, ਤੋ ਅਭੀ ਇਸਮੇ ਮੇਰੇ ਕੋ ਲੱਗਤਾ ਹੈ ਕਿ ਜਾਨ ਸ਼ਾਨ ਫੇਰੀ ਹੋਈ ਹੈ ਬਾਈ ਸਾਹਿਬ, ਕਿਉਂਕਿ ਇਸਨੇ ਆਪਣੀ ਗਰਦਨ ਵੀ ਸੈੱਟ ਕੀ ਹੋਈ ਹੈ, ਠੀਕ ਹੈ, ਉੱਪਰ ਸੇ ਇਹ ਹੈ ਵੀ ਫੱਟੀ ਕੀ ਤਰ੍ਹਾਂ ਫੱਟੀ 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 ਕੇ ਸਾਥ ਚੈੱਕ ਕਰਦੇ ਹਾਂ, ਫੱਟੀ ਕੇ ਸਾਥ। ਬਾਈ ਸਾਹਿਬ ਮੇਰੇ ਖਿਆਲ ਸੇ ਨਾ ਇਹ ਖੁਦ ਐਕਟਿਵ ਹੈ, ਠੀਕ ਹੈ, ਇਹ ਪੂਰਾ ਕਾ ਪੂਰਾ ਐਕਟਿਵ ਹੈ, ਠੀਕ ਹੈ, ਔਰ ਇਸਕੀ ਟਾਂਗੂ ਮੈਂ ਮੇਰੇ ਖਿਆਲ ਸੇ ਨਾ ਕੋਈ ਮਸਲਾ ਹੈ, ਠੀਕ ਹੈ, ਐਂਡ ਧੋਣ ਫੜਾ ਜੀ, ਮੈਂ ਲੱਤਾਂ ਚੈੱਕ ਕਰੀਏ ਭਲਾ, ਪਰ ਸ਼ਰਟ ਠੀਕ ਹੈ ਨਾ ਜੀ, ਠੀਕ ਹੈ, ਲੱਤਾਂ ਨਾ ਇਹਨੇ ਕੱਲ੍ਹ ਦੀਆਂ ਸਿੱਧੀਆਂ ਕੀਤੀਆਂ ਬਾਬਾ ਜੀ, ਅਤੇ ਮੇਰੇ ਖਿਆਲ ਨਾਲ ਨਾ ਐਂ ਵਾਲੀ ਲੱਤ ਕਰ ਉਹਨੂੰ ਕਰ, ਛੱਡਣਾ ਨਹੀਂ ਛੱਡਣਾ ਨਹੀਂ ਛੱਡਣਾ ਨਹੀਂ, ਚੰਗਾ ਭਲਾਈ ਚੰਗਾ ਭਲਾਈ ਚੰਗਾ ਭਲਾਈ, ਸਹੀ ਹੋ ਗਈ ਹੈ, ਇਹਨੂੰ ਬਾਬਾ ਜੀ ਜਦੋਂ ਬਾਹਰ ਕੱਢੋ ਇਹਦੇ ਰਿਸ਼ਤੇਦਾਰ ਹਾਜ਼ਰੀ ਲਵਾਉਣ ਆ ਜਾਂਦੇ ਨੇ, ਠੀਕ ਹੈ, ਔਰ ਅਭੀ ਦੇਖੇ ਥੋੜਾ ਸਾ ਬੇਚਾਰੇ ਨੇ ਪਰ ਸ਼ਰ ਮਾਰਿਆ, ਔਰ ਸਾਂਸ ਇਸਕੀ ਕੈਸੇ ਫੂਲ ਰਹੀ ਹੈ ਚੈੱਕ ਕਰੋ, ਔਰ ਸ਼ਰਬਤ ਦੇਣੇ ਕਾ ਕੋਈ ਮਕਸਦ ਨਹੀਂ ਹੈ, ਕਿਉਂਕਿ ਸ਼ਰਬਤ ਤੋਂ ਇਸ ਲਈ ਦੇਗੇ ਨਾ ਬਿਮਾਰ ਹੋਗਾ, ਤੋ ਲੇਕਿਨ ਉਹ ਬਿਮਾਰ ਨਹੀਂ ਹੈ, ਉਸਕੀ ਟਾਂਗੋ ਮੈਂ ਮਸਲਾ। ਅਭੀ ਇਸਕੋ ਪਾਣੀ ਸ਼ਾਨੀ ਪਿਲਾਤੇ ਹੈ, ਕੋਲੀ ਵੀ ਫੜ ਲਿਆ ਜਿਹਦੇ 'ਚ ਪਾ ਦੇਣਾ, ਅਭੀ ਠੰਡਾ ਪਾਣੀ ਮੈਂ ਬੋਤਲ ਲੈ ਕੇ ਆਥਾ ਪੀਣੇ ਕੇ ਲੀਏ। ਵਾਹ ਜੀ, ਸਾਡੀ ਸਰਿੰਜ ਜਿਹੜੀ ਆ ਉਹ ਬਿਲਕੁਲ ਖਰਾਬ ਹੋ ਗਈ ਹੈ, ਠੀਕ ਹੈ, ਉਹ ਜੀ ਨਾ ਸਰਿੰਜ ਸੇ ਕਿਹਾ ਮੈਂ ਇਸਕਾ ਮੂੰਹ ਖੋਲ ਤੂੰ, ਔਰ ਸਫੀਰ ਨਾ ਪਾਣੀ ਪਿਲਾ ਦਿੱਤਾ।
ਸਿਰ ਰੱਖ ਘੁੱਟ ਭਰ ਛਾਵਾ ਪੁੱਤਰ ਬਸ 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 ਢੱਕਣ ਬੰਦ ਕਰ ਢੱਕਣ ਬੰਦ ਕਰਦੇ ਤਾਂ ਥੋੜੀ ਜਿਹੀ ਵਰਜਿਸ਼ ਹੋਰ ਕਰਾ ਲਈ ਹੈ ਕੀ ਖਿਆਲ ਇਹਦੀ ਮਾਸੀ ਨੂੰ ਰਹਿੰਦਾ ਬੜੀ ਦੂਰ ਇਹਦੀ ਮਾਸੀ ਤੂੰ ਛੇਤੀ ਨਾ ਫੜ ਇਹਨੂੰ ਆਪਾਂ ਨੇ ਥੋੜੀ ਜਿਹੀ ਵਰਜਿਸ਼ ਕਰਾਈ ਫੜ 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 ਇਹਦੀ ਮਾਸੀ ਦੇ ਆਉਣ ਤੱਕ ਇਹਨੂੰ ਆਹ ਓਏ ਮੇਰੇ ਨਾਲ ਨਾ ਲਿਆ ਸ਼ੇਰ ਮੁੰਡਾ ਸਾਡਾ ਸ਼ੇਰਾ ਸ਼ੇਰਾ ਕਰਾ 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 ਪੂਰੀ ਵਰਜਿਸ਼ ਕਰਾ ਦੀ ਦੌੜ ਸਾਨੂੰ ਲੈ ਕੇ ਜ਼ੋਰ ਲੱਗਦਾ ਐ ਦੱਸ ਮੈਂ ਫੜਨਾ ਉਹ ਇੱਥੇ ਪਰਾਂ ਥੱਲੇ ਕਿੰਨੀ ਵਾਹ ਆਉਂਦੀ ਆ ਧੌਣ ਸੰਭਾਲੋ ਆਪਣੀ ਜੀ ਧੌਣ ਸੰਭਾਲੋ ਮੈਡਮ ਬਸ 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 ਥੋੜਾ ਸਕੂਨ ਕਰੋ ਮੈਡਮ ਫਿਰ ਥੋੜੀ ਦੇਰ ਬਾਅਦ ਆਤੇ ਆਰਾਮ ਕੋ ਚੈੱਕ ਕਰੇਂਗੇ ਠੰਡਾ ਪਾਣੀ ਸੁੱਟ ਦਿੱਤਾ ਯਾਰ ਚੰਗੀ ਗੱਲ ਹੈ ਗਰਮੀ ਬੜੀ ਆ ਹੈਂ ਇਹ ਕੱਲ ਗਰਮੀ ਪਸੀਨੇ ਬੜਾ ਆਉਂਦਾ ਪਿਆ ਤੂੰ ਵੱਡਾ ਡਾਕਟਰ ਬਾਹਰ ਹੋ ਚੱਲ